ऐसे श्री गुरु तेग बहादुर साहिब महाराज ਜਿਨ੍ਹਾਂ ਦੇ ਦਰ ਉੱਤੇ ਸਾਨੂੰ ਹਾਜ਼ਰੀ ਭਰਨ ਦਾ ਸੁਭਾਗ ਮਿਲਦਾ ਹੈ ਇਹ ਕੋਈ ਨਿੱਕੀ ਮੋਟੀ ਗੱਲ ਨਹੀਂ ਇਹ ਕੋਈ ਆਮ ਗੱਲ ਨਹੀਂ ਬਿਨਾ ਚੰਗੇ ਭਾਗਾਂ ਤੋਂ ਕੋਈ ਗੁਰਦੁਆਰੇ ਵਿੱਚ ਜਾ ਕੇ ਬਹਿ ਨਹੀਂ ਸਕਦਾ ਹੈ ਬਿਨਾ ਚੰਗੇ ਭਾਗਾਂ ਤੋਂ ਕੋਈ ਸਤਿਗੁਰੂ ਜੀ ਦੇ ਦਰਸ਼ਨ ਕਰ ਵੀ ਨਹੀਂ ਸਕਦਾ ਹੈ ਬਿਨਾ ਚੰਗੇ ਭਾਗਾਂ ਤੋਂ ਕਿਸੇ ਦੀ ਜ਼ੁਬਾਨ ਤੋਂ ਸਾਰੀ ਉਮਰ ਵਾਹਿਗੁਰੂ ਦਾ ਨਾਮ ਨਿਕਲ ਨਹੀਂ ਸਕਦਾ ਕੋਜਨਾ ਕੁਝ ਜਿਹੜੇ ਸ਼੍ਰੇਸ਼ਟ ਭਾਗ ਨੇ ਉਹਨਾਂ ਕਰਕੇ ਹੀ ਸਾਨੂੰ ਇਸ ਪਾਵਨ ਪਵਿੱਤਰ ਦਰ ਤੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਸਤਿਗੁਰੂ ਬਾਣੀ ਅੰਦਰ ਬੜਾ ਸੁੰਦਰ ਪਰਮਾਉਂਦੇ ਨੇ ਵੱਢ ਭਾਗੀ ਸਤ ਸੰਗਤ ਪਾਵੈ ਭਾਗ ਹੀਨ ਭਰਮ ਚੂਟਾਂ ਖਾਵੈ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ ਤੁਸੀਂ ਕਿਸੇ ਨਾਲ ਦੇ ਸੱਜਣ ਨੂੰ ਪੁੱਛ ਕੇ ਵੇਖਿਓ ਕਿੰਨਾ ਚਿਰ ਹੋ ਗਿਆ ਗੁਰਦੁਆਰੇ ਗਏ ਨਾਲ ਦੇ ਮਕਾਨ ਵਾਲੇ ਨੂੰ ਪੁੱਛਿਓ ਨਾਲ ਦੇ ਸੱਜਣ ਨੂੰ ਪੁੱਛਿਓ ਤਾਂ ਸਮਝ ਆਵੇਗੀ ਕਿ ਜਿਹੜੇ ਹਰ ਰੋਜ਼ ਸਾਨੂੰ ਦਰਸ਼ਨਾਂ ਦੀ ਪ੍ਰਾਪਤੀ ਹੁੰਦੀ ਹੈ ਸਤਿਗੁਰੂ ਕਿਰਪਾ ਕਰਕੇ ਸਾਨੂੰ ਦਰਸ਼ਨ ਦਿੰਦੇ ਨੇ ਇਹ ਵੀ ਉਸ ਗੁਰੂ ਦੀ ਬਿਹਰ ਹੈ ਬਖਸ਼ਿਸ਼ ਹੈ ਕਿਰਪਾ ਹੈ ਦਰਸ਼ਨਾਂ ਦੇ ਦਾਤ ਸਤਿਗੁਰੂ ਨੇ ਮੁੜ ਮੁੜ ਕੇ ਬਾਣੀ ਚ ਮੰਗੀ ਹੈ ਕਿਸੇ ਜਗ੍ਹਾ ਸਤਿਗੁਰੂ ਕਹਿੰਦੇ ਨਾਮ ਮੰਗ ਐਵੇਂ ਕਿਉਂ ਫਜ਼ੂਲ ਦੀਆਂ ਗੱਲਾਂ ਰੱਬ ਕੋਲੋਂ ਮੰਗਦਾ ਪਿਆ ਅੱਛਾ ਕਿਸੇ ਜਗ੍ਹਾ ਜਗਾ ਮਹਾਰਾਜ ਕਹਿੰਦੇ ਨੇ ਕਿ ਦਰਸ਼ਨ ਮੰਗ ਇਹਦਾ ਮਤਲਬ ਕੀ ਤੇ ਕਿਸੇ ਜਗ੍ਹਾ ਮਹਾਰਾਜ ਕਹਿੰਦੇ ਨੇ ਕੁਝ ਬਣਾ ਮੰਗ ਜਿਵੇਂ ਉਹ ਰੱਖਦਾ ਰਾਜੀ ਰਹ ਤਾ ਸਵਾਲ ਪੈਦਾ ਹੋ ਗਿਆ ਕਿ ਸਤਿਗੁਰੂ ਜੀ ਇੱਕ ਜਗ੍ਹਾ ਆਪ ਕਹਿੰਦੇ ਹੋ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹ ਨਾਮ ਸੰਤੋਖਿਆ ਉਤਰੈ ਮਨ ਕੀ ਭੁੱਖ ਇੱਕ ਜਗ੍ਹਾ ਤੁਸੀਂ ਕਹਿੰਦੇ ਹੋ ਕਿ ਦਰਸ਼ਨ ਮੰਗ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਦਰਸ਼ਨ ਮੰਗੂ ਦੇਹ ਪਿਆਰੇ ਤੁਮਰੀ ਸੇਵਾ ਕੌਣ ਕੌਣ ਨਹੀਂ ਤਾਰੇ ਤਾਂ ਕਿਸੇ ਜਗ੍ਹਾ ਕੁਝ ਕਿਸੇ ਜਗ੍ਹਾ ਕੁਝ ਤੇ ਇੱਕ ਜਗ੍ਹਾ ਮਾਰੇ ਕਹਿੰਦੇ ਕੁਝ ਵੀ ਨਹੀਂ ਮੰਗਣਾ ਸੇਵਾ ਕਰਤ ਹੋਏ ਨਿਹਕਾਮੀ ਨਿਸ਼ਕਾਮ ਰਹਿ ਤਾਂ ਮਹਾਂਪੁਰਸ਼ ਸਿਆਣੇ ਵਿਦਵਾਨ ਇਸ ਗੱਲ ਦਾ ਜਵਾਬ ਦਿੰਦੇ ਨੇ ਕਿ ਨਾਮ ਮੰਗਣਾ ਦਰਸ਼ਨ ਮੰਗਣਾ ਇਹ ਨਿਸ਼ਕਾਮਤਾ ਹੀ ਆ ਇਹ ਕੋਈ ਦੁਨਿਆਵੀ ਪਦਾਰਥ ਨਹੀਂ ਹੈ ਜਿੱਥੇ ਮਹਾਰਾਜ ਕਹਿੰਦੇ ਕੁਝ ਵੀ ਨਾ ਮੰਗ ਉਹਦਾ ਭਾਵ ਹੁੰਦਾ ਹੈ ਕਿ ਨਾਮ ਮੰਗ ਦਰਸ਼ਨ ਮੰਗ ਉਸ ਵਾਹਿਗੁਰੂ ਦੀ ਭਗਤੀ ਮੰਗ ਉਸ ਵਾਹਿਗੁਰੂ ਦੀ ਸੇਵਾ ਵੰਤ ਇਹ ਦਰ ਕਿਦਾਂ ਦਾ ਹੈ ਜਿਹੋ ਜਿਹਾ ਵੀ ਕੋਈ ਮਨ ਦਾ ਮਨੋਰਥ ਇੱਥੇ ਲੈ ਕੇ ਆਵੇਗਾ ਉਹ ਪੂਰਾ ਹੋਵੇਗਾ ਕਿਸੇ ਵਿਦਵਾਨ ਨੇ ਲਿਖਿਆ ਨਾ ਸ਼੍ਰੀ ਗੋਰ ਤੇਗ ਬਹਾਦਰ ਬ੍ਰਹਮ ਸਰੂਪ ਵਾਹਿਗੁਰੂ ਦਾ ਰੂਪ ਨੇ ਮਹਿਮਾ ਜਾ ਕੀ ਇਕੱਥ ਜੁਬਾਨ ਦੇ ਨਾਲ ਉਹਨਾਂ ਦੀ ਮਹਿਮਾ ਕਰਦਿਆਂ ਹੋਇਆ ਕੋਈ ਅੰਤ ਨਹੀਂ ਪਾ ਸਕਦਾ ਸਮੁੰਦਰ ਨੇ ਜੋ ਚਾਹ ਹੈ ਸੂ ਕਰੈ ਭੰਨਨ ਘੜਨ ਸਮਰਾਤ ਉਹ ਜੋ ਚਾਹੇ ਕਰ ਸਕਦੇ ਨੇ ਜੋ ਬਣਾਉਣਾ ਚਾਹਣ ਬਣਾ ਸਕਦੇ ਨੇ ਜੋ ਮਿਟਾਉਣਾ ਚਾਹਣ ਉਹ ਮਿਟਾ ਸਕਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਇਥੋਂ ਤੱਕ ਕਹਿੰਦੇ ਨੇ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਵੀ ਕੋਈ ਸਿਮਰਨ ਕਰਦਾ ਹੈ ਭਗਤੀ ਕਰਦਾ ਹੈ ਬੰਦਗੀ ਕਰਦਾ ਹੈ ਉਸਦੇ ਘਰ ਦੇ ਵਿੱਚ ਰਿੱਧੀਆਂ ਸਿੱਧੀਆਂ ਨੌ ਨਿੱਧੀਆਂ ਸੁਤੇ ਸਿੱਧੀ ਨਿਵਾਸ ਕਰਦੀਆਂ ਰਿੱਤੀ ਦਾ ਸੌਖਾ ਜਿਹਾ ਅਰਥ ਹੁੰਦਾ ਕੋਈ ਚੀਜ਼ ਮੁੱਕੇ ਹੀ ਨਾ ਮੰਨ ਲਓ ਪੰਜਾਂ ਬੰਦਿਆਂ ਵਾਸਤੇ ਰੋਟੀ ਬਣਾਈ ਹੈ ਆਪ ਜਾ ਗਏ ਨੇ ਆ ਸੌ ਗਿਆ ਹੈ ਮੰਨ ਲਓ ਲੰਗਰ ਦੇ ਵਿੱਚ ਸਿਰਫ 200 ਬੰਦੇ ਵਾਸਤੇ ਲੰਗਰ ਬਣਿਆ ਸੀ ਪਰ ਸੰਗਤ ਹਜ਼ਾਰਾਂ ਚ ਆ ਗਈ ਹੁਣ 200 ਬੰਦੇ ਵਾਸਤੇ ਜਿਹੜਾ ਪ੍ਰਸ਼ਾਦਾ ਬਣਿਆ ਹੈ ਉਹਨੂੰ 2000 ਬੰਦਾ ਛਕ ਜਾਵੇ ਇਹਨੂੰ ਕੀ ਕਹਿੰਦੇ ਰਿੱਧੀ ਇਸੇ ਤਰ੍ਹਾਂ ਸਿੱਧੀਆਂ ਸੂਖਮ ਰੂਪ ਧਾਰ ਕੇ ਕਿਤੇ ਤੋਂ ਕਿਤੇ ਚਲੇ ਜਾਣਾ ਦੂਰਦਰਸ਼ਨ ਇੱਥੋਂ ਬੈਠੇ ਹੀ ਦੇਖਣਾ ਕਿ ਮੇਰਾ ਜਿਹੜਾ ਪ੍ਰੇਮ ਵਾਲਾ ਸੱਜਣਾ ਉਹ ਅਮਰੀਕਾ ਦੇ ਵਿੱਚ ਬੈਠਾ ਕੀ ਕਰਦਾ ਪਿਆ ਵਾ ਜਿਵੇਂ ਧੰਗੁਰੂ ਤੇਗ ਬਹਾਦਰ ਸਾਹਿਬ ਬੈਠੇ ਕਿੱਥੇ ਨੇ ਬਾਬਾ ਬਕਾਲਾ ਸਾਹਿਬ ਦੇਖਦੇ ਕਿੱਥੇ ਪਏ ਨੇ ਸਮੁੰਦਰ ਦੇ ਵਿੱਚ ਭਾਈ ਮੱਖਣ ਸ਼ਾ ਜਿਸ ਦਾ ਜਹਾਜ਼ ਰੁਕ ਚੁੱਕਾ ਹੈ ਫਸ ਚੁੱਕਾ ਹੈ ਦੂਰ ਸ਼ਰਵਣ ਦੂਰੋਂ ਬੈਠੇ ਸੁਣ ਲੈਣਾ ਗੁਰੂ ਦੇ ਦਰ ਦੇ ਵਿੱਚ ਏਡੀ ਵੱਡੀ ਤਾਕਤ ਹੈ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਜੇ ਤੈਨੂੰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਹੁੰਦੇ ਤੂੰ ਏਦਾਂ ਕਰ ਬਾਹਰੋਂ ਦਰਵਾਜ਼ੇ ਦੇ ਹੀ ਦਰਸ਼ਨ ਕਰਿਆ ਕਰ ਸ਼੍ਰੀਮਾਨ ਗਿਆਨੀ ਗਿਆਨ ਸਿੰਘ ਜੀ ਆਪਣੇ ਗ੍ਰੰਥ ਪੰਥ ਆਪਣੇ ਤਵਾਰੀਖ ਦੇ ਵਿੱਚ ਲਿਖਦੇ ਨੇ ਕਿ ਜਿਹੜੇ ਸੱਜਣ ਨੇ ਹਰਮੰਦਰ ਸਾਹਿਬ ਦੇ ਦਰਵਾਜੇ ਨੂੰ ਵੀ ਦੇਖਿਆ ਦਰਸ਼ਨੀ ਡਿਉੜੀ ਹੈ ਨਾ ਬਾਹਰ ਇੱਥੇ ਵੀ ਤੁਸੀਂ ਦੇਖੋ ਕਿੱਡਾ ਸੁੰਦਰ ਬਣਿਆ ਜਿੰਨੇ ਸ਼ਰਦਾ ਨਾਲ ਦਰਵਾਜੇ ਨੂੰ ਵੀ ਦੇਖ ਲਿਆ ਉਹਨੂੰ ਨਰਕਾਂ ਦਾ ਮੂੰਹ ਨਹੀਂ ਦੇਖਣਾ ਪੈਂਦਾ ਉਹਨੂੰ ਜਮਾਂ ਦਾ ਮੂੰਹ ਨਹੀਂ ਦੇਖਣਾ ਪੈਂਦਾ ਤੇ ਇਹ ਕੋਈ ਅਤ ਕਥ ਨਹੀਂ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਗੱਲ ਲਿਖੀ ਐ ਧੰਨ ਗੁਰੂ ਰਾਮਦਾਸ ਜਿਨਨੇ ਤੇਰੇ ਦਰਸ਼ਨ ਦਰਵਾਜੇ ਦੇ ਵੀ ਕੀਤੇ ਉਹਦੇ ਕਾਮ ਕ੍ਰੋਧ ਰੂਪੀ ਜਿਹੜੇ ਜਮਦੂਤ ਨੇ ਜਮ ਨੇ ਉਹ ਖਿਹੜਾ ਛੜ ਦਿੰਦੇ ਆਪਾਂ ਪੜਦਿਆਂ ਜਾ ਕੇ ਦੇਖਤ ਦੁਵਾਰੇ ਕਾਮ ਕ੍ਰੋਧ ਹੀ ਨਿਵਾਰੇ ਜੀ ਹਉ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ ਮੈਂ ਬਲਹਾਰ ਜਾਵਾਂ ਜਿਹਦੀ ਮੂੰਹ ਦੇ ਜਿਹਦੇ ਜ਼ੁਬਾਨ ਚੋਂ ਮੂੰਹ ਚੋਂ ਇੰਨਾ ਹੀ ਨਿਕਲ ਜੇ ਧੰ ਗੁਰੂ RAM DAS ਧੰ ਗੁਰੂ ਤੇਗ ਬਹਾਦਰ ਸਾਹਿਬ